الحمد هو نصلي ونسلم على رسوله الكريم اما بعد فاعوذ بالله من الشيطان الرجيم بسم الله الرحمن الرحيم ان الله وملائكته يصلون على النبي يا ايها الذين امنوا صلوا عليه وسلموا تسليما सारे दोस्तों से गुजारिश है कि एक दफ़ा दुरूद पाक पढ़ लें अस्सलात व सलाम अलैका या सय्यदी या रसूल अल्लाह व अला आलिका व असहाबिका या सय्यदी या हबीब अल्लाह ਤਮਾਮ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਇੱਕ ਪਿਛਲੇ ਦਿਨਾਂ ਚ ਇੱਕ ਇਨਸੀਡੈਂਟ ਤੁਸੀਂ ਦੇਖਿਆ ਜਿਹੜਾ ਕਿ ਕਾਰੀ ਸ਼ਾਹਿਦ ਸਾਹਿਬ ਔਰ ਸਾਡੇ ਦੋਸਤ ਸ਼ੇਖ ਹਤੀਕ ਸਾਹਿਬ ਦੇ ਦਰਮਿਆਨ ਉਹ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਮੇਰੇ ਇੱਕ ਅਹਲ ਸੁਨਨਤੁਲ ਜਮਾਤ ਔਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਔਲਾਦ ਹੋਣ ਦੇ ਲਿਆਜ਼ ਨਾਲ ਮੇਰਾ ਹੱਕ ਵੀ ਬਣਦਾ ਸੀ ਔਰ ਮੇਰੇ ਤੇ ਮੈਂ ਸਮਝਣਾ ਕਿ ਜ਼ਰੂਰੀ ਸੀ ਇਹ ਕਿ ਅਗਰ ਇੱਕ ਚੀਜ਼ ਮੈਂ ਕਰ ਸਕਣਾ ਤੇ ਮੈਨੂੰ ਜ਼ਰੂਰ ਕਰਨੀ ਚਾਹੀਦੀ ਸੀ ਉਹ ਮੈਂ ਕੋਸ਼ਿਸ਼ ਕੀਤੀ ਕਾਰੀ ਸਾਹਿਬ ਨੂੰ ਨਾਲ ਲਿਆ ਸ਼ੇਖ ਸਾਹਿਬ ਨੂੰ ਲਿਆ ਹੋਰ ਦੋਸਤ ਬੈਠੇ ਨੇ ਇਹਨਾਂ ਸਾਰਿਆਂ ਨੂੰ ਇਹਦੇ ਵਿੱਚ ਬੈਠੇ ਸਾਰੇ ਗੱਲਬਾਤ ਹੋਈ ਔਰ ਗੱਲਬਾਤ ਹੋਣ ਤੋਂ ਬਾਅਦ ਪਤਾ ਚੱਲਿਆ ਕਿ ਸ਼ੇਖ ਸਾਹਿਬ ਦੀ ਰਕਮ ਸੀ 34 ਲੱਖ ਰੁਪਿਆ ਔਰ ਉਹ 34 ਲੱਖ ਰੁਪਿਆ ਜਿਹੜਾ ਉਹ ਕਲੇਮ ਸੀ ਇਹਨਾਂ ਦਾ ਕਿ ਮੇਰਾ ਉਹ ਰੁੜ ਗਿਆ ਤੇ ਮੈਂ ਉਹ ਕਾਰੀ ਸਾਹਿਬ ਕੋਲ ਲੈਣਾ ਉਹ ਫਿਰ ਜਿਸ ਵਕ ਗੱਲ ਸਾਰੀ ਸੁਣੀ ਤੇ ਪਤਾ ਚੱਲਿਆ ਕਿ ਕਾਰੀ ਸਾਹਿਬ ਦਾ ਇਹਦੇ ਵਿੱਚ ਸਿਰਫ اےਸੀ ਕੇ ਕਾਰੀ ਸਾਹਿਬ ਦੇ ਥਰੂ ਪੈਸੇ ਗਏ ਸਨ ਬਾਕੀ ਉਹ ਪੈਸੇ ਜਿਹੜੇ ਨੇ ਜਿਸ ਟਰੈਵਲ ਜੈਂਟ ਨੇ ਲਏ ਸਨ ਉਸ ਬੰਦੇ ਨੇ ਫਰਾਡ ਕੀਤਾ ਜਿਹੜਾ ਕਿ ਕਾਰੀ ਸਾਹਿਬ ਨਾਲ ਹੀ ਫਰਾਡ ਹੋ ਗਿਆ ਔਰ ਸ਼ੇਖ ਸਾਹਿਬ ਨਾਲ ਹੀ ਫਰਾਡ ਹੋ ਗਿਆ ਔਰ ਉਹ ਬੰਦਾ ਪੈਸੇ ਲੈ ਕੇ ਭੱਗ ਗਿਆ ਨਸ ਗਿਆ 34 ਲੱਖ ਰੁਪਏ ਸੀ ਸ਼ੇਖ ਸਾਹਿਬ ਦਾ ਉਹ ਲੈ ਕੇ ਚਲਾ ਗਿਆ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਕਿ ਇਹਨੂੰ ਕਿਸੇ ਤਰੀਕੇ ਇਸ ਗੱਲ ਨੂੰ ਕਵਰ ਕੀਤਾ ਜਾਏ ਕਿਉਂਕਿ ਇਹਦਾ ਸਾਡੇ ਮਸਲਕ ਨੂੰ ਨੁਕਸਾਨ ਸੀ ਕਾਰੀ ਸਾਹਿਬ ਦੀ ਜ਼ਾਤ ਵੀ ਡੈਮੇਜ ਹੋ ਰਹੀ ਸੀ ਔਰ ਸ਼ੇਖ ਸਾਹਿਬ ਦੀ ਜ਼ਾਤੇ ਖੁਦ ਵੀ ਬਹੁਤ ਨੁਕਸਾਨ ਸੀ ਤੇ ਉਹ ਅੱਲਾ ਕੀਤਾ ਤੇ ਇਸ ਗੱਲ ਨੂੰ ਕੰਪਲੀਟ ਅਸੀਂ ਅੱਜ ਕੀਤਾ ਇਸ ਤਰ੍ਹਾਂ ਇਸ ਤਰੀਕੇ ਨਾਲ ਕਿ ਮਾ ਬੈਨ ਦੋਨਾਂ ਸਾਥੀਆਂ ਨੂੰ ਮੈਂ ਕੋਸ਼ਿਸ਼ ਕਰਕੇ ਕਰੀਬ ਕੀਤਾ ਔਰ ਮੈਂ ਚਾਹਾਂਗਾ ਕਿ ਅਗਲੀ ਮੇਰੀ ਥੋੜੀ ਜਿਹੀ ਇੱਕ ਮਿੰਟ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੋਨਾਂ ਸਾਥੀਆਂ ਨੂੰ ਪਹਿਲਾਂ ਇੱਕ ਦੂਸਰੇ ਦੇ ਕਰੀਬ ਕਰਕੇ ਤੇ ਕਹਾਂ ਇੱਕ ਦੂਸਰੇ ਦੇ ਜੱਫੀ ਮਾਰੋ ਪਹਿਲਾਂ ਦੋਵੇਂ ਮਿਲ ਕੇ ਗੱਲੇ ਮਿਲੋ ਤੇ ਉਸ ਤੋਂ ਬਾਅਦ ਇਨਸ਼ਾ ਅੱਲਾਹ ਤਾਲਾ ਗੱਲ ਅਗਲੀ ਜਿਹੜੀ ਹੋ ਮੁਕੰਮਲ ਕਰਨੇ ਆਂ الحمدللہ قاری صاحب ਸਾਡੇ ਨੇ 마शाल्लाह حضور ਦੇ سنا খান ਨੇ ਔਰ 사दात ਨਾਲ ਮੁਹabbat ਕਰਨ ਵਾਲੇ ਨੇ شیخ ਸਾਹਿਬ ਨੇ ਇਹ ਵੀ 사दात ਨਾਲ ਮੁਹabbat ਕਰਨ ਵਾਲੇ ਨੇ شیخ ਸਾਹਿਬ ਦਾ ਇੱਕ ਜੁਮਲਾ ਜਿਹੜਾ ਉਹ ਮੈਂ ਨਾ ਭੁੱਲਣਾ ਤੇ ਮੈਂ ਹੁਣ ਵੀ ਉਹ ਕਹਿਣਾ ਹੈ شیخ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਜਿਸ ਤਰ੍ਹਾਂ ਮੁਕਾਂਦੇ ਹੋ ਮੈਂ ਹਜ਼ਰਾਂ ਜਿਹ ਪੈਸੇ ਮਾਰੇ ਤੁਹਾਡੀ ਜੁੱਤੀ ਤੋਂ ਅੱਲਾ ਇਹਨਾਂ ਨੂੰ ਖੁਸ਼ ਰੱਖੇ ਔਰ ਕਾਰੀ ਸਾਹਿਬ ਨੇ ਮੈਨੂੰ ਆਖਿਆ ਸ਼ਾਹ ਸਾਹਿਬ ਜਿਸ ਤਰ੍ਹਾਂ ਤੁਸੀਂ ਮੁਕਾਓਗੇ ਮੈਂ ਹਾਜ਼ਰੀ ਖidmatਾਂ ਜਿਸ ਤਰ੍ਹਾਂ ਕਰੋਗੇ ਗੱਲ ਜਿਸ ਤਰ੍ਹਾਂ ਖਤਮ ਕਰੋਗੇ ਤੇ ਮੈਂ ਕਿਹਾ ਫਿਰ ਮੈਂ ਦੋਨਾਂ ਸਾਥੀਆਂ ਨੂੰ ਬਿਠਾ ਕੇ ਇਹ ਗੱਲ ਕੀਤੀ ਕਿ ਨਾ ਕਾਰੀ ਸਾਹਿਬ ਦਾ ਕਸੂਰ ਇਹਦੇ ਵਿੱਚ ਫਰਾਡ ਉਸ ਬੰਦੇ ਨੇ ਕੀਤਾ ਉਸ ਟਰੈਵਲ ਜੈਂਟ ਨੇ ਔਰ ਉਹ ਹਾਜ਼ਰੀਆਂ ਦੇ ਪੈਸੇ ਲੈ ਕੇ ਨਸ ਗਿਆ ਇਨਸ਼ਾਅੱਲਾ ਤਾਲਾ ਅੱਲਾਹ ਤਾਲਾ ਦੀ ਜ਼ਾਤ ਵੀ ਇਹਨੂੰ ਪੁੱਛੇ ਕਿ ਉਹ ਰੇ ਦੁਨੀਆ ਦੇ ਉੱਤੇ ਵੀ ਇਹਨੂੰ ਪੁੱਛ ਹੋਵੇਗੀ ਇਨਸ਼ਾਅੱਲਾ ਇਨਸ਼ਾਅੱਲਾ ਜਿਸ ਬੰਦੇ ਨੇ ਪੈਸੇ ਲੈ ਕੇ ਨਸਿਆ ਔਰ ਦੋ ਮੁਸਲਮਾਨਾਂ ਦੀ ਆਪਸ ਵਿੱਚ ਲੜਾਈ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਕਾਰੀ ਸਾਹਿਬ ਨੂੰ ਅਸੀਂ ਇਸ ਚੀਜ਼ ਦੇ ਉੱਤੇ ਅਮਾਦਾ ਕੀਤਾ ਹੈ ਕਿ ਕਾਰੀ ਸਾਹਿਬ ਉਸ ਬੰਦੇ ਨੂੰ ਪਿੱਛੇ ਲੱਗ ਕੇ ਉਹਨੂੰ ਢੂੰਡਣਗੇ ਢੂੰਡ ਕੇ ਔਰ ਉਸ ਬੰਦੇ ਕੋ ਪੈਸੇ ਰਿਕਵਰ ਕਰਵਾ ਕੇ ਤੇ ਸ਼ੇਖ ਸਾਹਿਬ ਨੂੰ ਲੈ ਕੇ ਦੇਣਗੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਔਰ ਸ਼ੇਖ ਸਾਹਿਬ ਇਸ ਚੀਜ਼ ਦੇ ਉੱਤੇ ਰਾਜ਼ੀ ਹੋ ਗਏ ਨੇ ਅੱਲਾ ਕਰੀਮ ਇਸ ਇਸ ਚੀਜ਼ ਦਾ ਸ਼ੇਖ ਸਾਹਿਬ ਨੂੰ ਅਜਰ ਖੈਰ عطا ਫਰਮਾਏ ਔਰ ਕਾਰੀ ਸਾਹਿਬ ਨੇ ਜਿਹੜਾ ਸਾਡੀ ਮੁਹੱਬਤ ਨੂੰ ਕਬੂਲ ਕੀਤਾ ਹੈ ਕਾਰੀ ਸਾਹਿਬ ਨੂੰ ਅੱਲਾ ਕਰੀਮ ਦਾ ਅਜਰ عطا ਫਰਮਾਏ ਜਿਹੜੇ ਦੋਸਤ ਵਿੱਚ ਇਹਦੇ ਸ਼ਾਮਲ ਰਹੇ ਨੇ ਬਿਲਖਸੂਸ ਆਪਣਾ ਪੀਰ ਫਿਆਜ਼ੁਲ ਹਸਨ ਸਾਹਿਬ ਉਹ ਸ਼ੁਰੂ ਤੋਂ ਇਸ ਕੰਮ ਦੇ ਵਿੱਚ ਰਹੇ ਨੇ ਤੇ ਇਸ ਵਾਸਤੇ ਮੈਂ ਉਹਨਾਂ ਦਾ ਵੀ ਮਸ਼ਕੂਰ ਹਾਂ ਕਿ ਅੱਲਾਹ ਕਰੀਮ ਦੀ ਜ਼ਾਤ ਉਹਨਾਂ ਵੀ ਦਾਜਰ ਅਤਾਫ فرمایا ਪੀਰ ਮੁਜ਼ਮਮਲ ਸ਼ਾਹ ਸਾਹਿਬ ਕੋਲ ਵੀ ਇੱਕ ਬੈਠਕ ਹੋਈ ਏ ਉਹਨਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰਨਾ ਵਾਂ ਔਰ ਮੈਂ ਪਿਛਲੇ ਜੁਮੇ ਇਨਸੀਡੈਂਟ ਹੋਇਆ ਤੇ ਉਸ ਤੋਂ ਲੈ ਕੇ ਤੇ ਮੈਂ ਮਤਲਬ ਕਿ ਬਿਲਕੁਲ ਮੈਨੂੰ ਆਰਾਮ ਨਹੀਂ ਆਇਆ ਮੈਂ ਦੋ ਦੋ 2.5 2.5 ਘੰਟੇ ਕਾਰੀ ਸਾਹਿਬ ਨਾਲ ਵੱਖਰੀ ਗੱਲ ਕਰਦਾ ਰਿਹਾ ਸ਼ੇਖ ਸਾਹਿਬ ਨਾਲ ਗੱਲਬਾਤ ਵੱਖਰੀ ਕੀਤੀ ਅਲhamdulillah ਇਹਦਾ ਰਿਜ਼ਲਟ ਇਹ ਨਿਕਲਿਆ ਕਿ ਅੱਲਾਹ ਪਾਕ ਦੀ ਜ਼ਾਤ ਨੇ ਕਰਮ فرمایا ਸਾਡੇ ਦੋਵੇਂ ਦੋਸਤ ਆਪਸ ਪਿਆਰ ਮੁਹੱਬਤ ਦੇ ਨਾਲ ਅੱਜ ਗਲੇ ਮਿਲੇ ਨੇ ਅੱਲਾ ਕਰੀਮ ਇਹਨਾਂ ਮੁਹੱਬਤਾਂ ਨੂੰ ਸਦਾ ਸ਼ਾਦੋ ਆਬਾਦ ਫਰਮਾਏ ਆਮੀਨ ਸੁਮਾ ਆਮੀਨ ये दोस्तों को भाइयों को आपस में हमेशा प्यार महबत, और अता और ये जो फ्राडिये दरमियान में आके लोगों को तोड़ रहे हैं और लोगों के अंदर ये गुमराइया पैदा कर रहे हैं मौला तेरी बारगा में दुआ करते हैं कि उन फ्राडियों को हदायत अता फरमा और बिलखसूस जो बंदा हाजियों के पैसे लेके भागा मौला मैं तेरी बारगाह में हाथ उठा के रज करता हूँ कि उसको तू अपनी बारगाह से भी सजा अता फरमा या उसको हदायत अता फरमा कि वो ये पैसे वापस करे सब को आपस में प्यार मोहब्बत इतफ़ाक़ और इतहादता फरमा व तबीब ही मुहमद वहीजम